ਕੰਨਾਂ ਪਰ ਖੁੜਦੀ ਖੁੜਦੀ ਹੁੰਦੀ ਹੈ। ਉਹ ਕਰਾਟੇ ਸਿੱਖ ਲਓ ਕਰਾਟੇ, ਜਿਹੜੀ ਜਨਾਨੀਆਂ ਹੀਰੋ ਵਾਲ ਪੈਂਟਾਂ ਪਾਉਂਦਾ ਹੈ ਉਹ ਕਰਾਟੇ ਸਿੱਖ ਲਓ ਕਰਾਟੇ। ਇਹ ਭਾਰਤ ਸਰਕਾਰ ਅਸਾ ਨਵੀਂ ਸਕੀਮ ਚੱਲੀ ਹੈ, ਕਰਾਟੇ ਸਿੱਖ ਲਓ ਕਰਾਟੇ, ਕਰਾਟੇ ਸਿੱਖ ਲਓ ਕਰਾਟੇ, ਕਰਾਟੇ ਸਿੱਖ ਲਓ ਕਰਾਟੇ। ਭਾਈ ਸਾਹਿਬ ਨਹੀਂ ਸਿੱਖਣਾ ਕਰਾਟੇ, ਬਿੰਦ ਅੰਦਰ ਆਈ ਲੰਘੀ ਆਉਂ। ਕੀ ਨਹੀਂ ਚੱਲਨੇ ਆ। ਲੱਗਦਾ ਤੁਸੀਂ ਰਾਤੀ ਦਾ ਫੈਂਟਾ ਹੈ ਪਿਆ। ਕੀ ਦੱਸਾਂ ਭਰਾਵਾ, ਇਹਨੇ ਮਾਰੀ ਮਾਰੀ ਪਸਲੀਆਂ ਭੰਨੀ ਉੜੀਆਂ ਨੇ। ਭਰਾ ਜੀ ਇਹ ਕਰਾਟੇ ਦੀ ਟ੍ਰੇਨਿੰਗ ਦਾ ਕਿੰਨੇ ਕੁ ਦਿਨਾਂ ਦਾ ਕੋਰਸ ਹੈ? ਮੇਰੇ ਆਖਣ ਦਾ ਮਤਲਬ ਹੈ ਜੇ ਜਨਾਨੀ ਦੁਗੇ ਜਾਣੇ ਕਿ ਕਿੰਨੇ ਕੁ ਦਿਨ ਚ ਕੁੱਟ ਚਾੜੀ ਸਕਦੀ ਹੈ। ਵੈਸੇ ਤੇ 6 ਮਹੀਨੇ ਲੱਗੀ ਗਏ ਜਾਂਦੇ ਨੇ। ਜੇ ਕੋਈ ਮਨ ਲਾਈਏ ਸਿੱਖਿਆ, ਮੇਰਾ ਆਖਣ ਦਾ ਮਤਲਬ ਹੈ ਜੇ ਉਹ ਪੂਰੀ ਤਵੱਜੋ ਦਿਆ ਤਾਂ ਮਾੜਾ ਮੋਟਾ ਹੱਥ 10-15 ਦਿਨਾਂ ਚ ਚੱਲੀਏ ਪਾਉਂਦਾ ਹੈ। ਮੈਂ ਤੇ ਆਖਾਂ ਦੀਆਂ ਲੱਖ ਬਾਰੇ ਉਮਰਾਂ ਹੋਣ ਸਰਕਾਰਾਂ ਦੀਆਂ, ਜਿਹਨੇ ਜਨਾਨੀ ਵਾਸਤੇ ਇਹ ਨਹੀਂ ਸਹੂਲਤਾਂ ਕੱਢੀਆਂ ਨੇ। ਤੇ ਫੀ ਇਹਦਾ ਕੋਈ ਡਿਪਲੋਮਾ ਵੀ ਹੁੰਦਾ ਹੋਣਾ? ਇਹਦੇ ਪਹਿਲੇ ਪ੍ਰੈਕਟੀਕਲ ਹੋਣਾ। ਜਿਹੜੀ ਜਨਾਨੀ ਆਪਣੇ ਘਰ ਵਾਲੇ ਦੀ 4-5 ਵਾਰੀ ਟਾਊ ਨਹੀਂ ਚਾੜੀ ਲੈ, ਉਸੀ ਗੋਡੇ ਥੱਲੇ ਨਹੀਂ ਦੇਈ ਲੈ, ਤੇ ਡਿਪਲੋਮਾ ਤੇ ਥੋਣਾ ਗੇ ਥੋਣਾ, ਸਰਕਾਰ ਉਸਦਾ ਵਜ਼ੀਫਾ ਵੀ ਲਾਈ ਉੱਠਦੀ ਹੈ। ਖਰਾ ਖਰਾ, ਤਾਂ ਇਹ ਸਿੱਖੀ ਗਿਆ ਲੈਣਾ ਲੋੜਦਾ। ਪਰ ਵਜ਼ੀਫਾ ਕੀ ਹੁੰਦਾ ਹੈ ਸਟੈਪਨ? ਮੇਰਾ ਮਤਲਬ ਹੈ ਸਰਕਾਰ ਸਟੈਪਨ ਦਿੰਦੀ ਹੈ, ਸਟੈਪਨ। ਮਰੋ ਸਿਆਪਿਓ, ਸਰਕਾਰਾਂ ਕੇ ਵੀ ਹੁਣ ਕੇ ਚੇਤਾ ਆਇਆ ਜਨਾਨੀ ਜਾਤ ਦਾ? ਵਿਚਾਰੀ ਜਨਾਨੀ ਜਾਤ ਕਦੋਂ ਦੀ ਮਰਦ ਮਾਣੂ ਜਾਤ ਕੋਲਾ ਲੜੋਦੀ ਤੇ ਮਰੂਦੀ ਆਵਾਜ਼। ਤੇ ਇਸ ਟ੍ਰੇਨਿੰਗ ਚ ਹੋਰ ਵੀ ਜਨਾਨੀਆਂ ਲੋੜਦੀਆਂ ਨੇ, ਹੋਰ ਵੀ ਜਨਾਨੀਆਂ ਕਿੱਥੀਆਂ ਕਰ ਸਕਦੀਆਂ? ਇਹ ਟ੍ਰੇਨਿੰਗ ਘਰ ਘਰ ਦਿੱਤੀ ਜਾ ਸਕਦੀ ਹੈ, ਸਰਕਾਰ ਦਾ ਆਖਣਾ ਹੈ ਜੇ ਟ੍ਰੇਨਿੰਗ ਡੋਰ ਟੂ ਡੋਰ ਦਿੱਤੀ ਜਾ। ਪਰ ਤੁਸੀਂ ਕੀ ਲਾਇਆ ਇਸ ਟ੍ਰੇਨਿੰਗ ਦਾ? ਅਸੀਂ ਸਰਕਾਰ ਤਨਖਾਹ ਦਿੰਦੀ ਹੈ। ਕਿੰਨੇ ਕੁ ਪੈਸੇ ਕਮਾਈ ਲੈਂਦੇ ਹੋ ਤੇ ਫੀ ਉੱਪਰੋਂ ਵੀ ਕਮਾਈ ਕੇ ਲੈਂਦੇ ਹੋ? ਉੱਪਰਾਂ ਦੇ ਘੱਟ ਵੱਧ ਗਏ, ਹੱਥ ਪੈਰ ਤੇ ਸਿੱਧਾ ਮਾਰਨੇ ਆ, ਪਰ ਇਹ ਸਿੱਖਣੇ ਵਾਲੇ ਪਰ ਮੁਨਾਸਰ ਕਰਦਾ ਹੈ ਉਹ ਕਿੰਨੀ ਕੀ ਸਿੱਖਣੇ ਚ ਰੁਚੀ ਲੈਂਦਾ। ਤਾਂ ਫੀ ਨਿੱਕੀ ਸਿੱਖਣੇ ਦੀ ਲੋੜ ਹੈ, ਨਿੱਕੀ ਕਦੋਂ ਸ਼ਾ ਸਕਗੇ ਹੋ? ਅੱਜਾ ਕੋਲਾ ਹੁਣੇ ਕੋਲਾ ਤੇ ਫੀ ਚਲੋ ਚਲੋ ਇਹ ਗੱਲ ਕਰੋ, ਹਾਂ ਪਹਿਲੇ ਦੁਪੱਟਾ ਲੱਕੇ ਹੀ ਬੰਨ ਲਓ। ਅੱਛਾ ਐਕਸ਼ਨ। ਅੱਛਾ ਮੈਂ ਚੱਲਾਂ। ਸਾਹ ਤੇ ਲੈ ਲਓ, ਤੁਸੀਂ ਕਿਤੇ ਜਾਣ ਦੀ ਮਤੀ ਕਾਹਲੀ ਹੈ। ਕੀ ਕਰਨਾ ਜੀ, ਹੁਣ ਜਾਣ ਕੇ ਦਿਓ ਕੀ ਕਿ ਘਰ ਮੇਰੇ ਕਸਟਮਰ ਇੰਤਜ਼ਾਰ ਕਰਾ ਰਹੇ ਹੋਣੇ। ਦੁੱਧ ਦਾ ਗਲਾਸ ਤੇ ਪੀ ਜਾਂਦੇ ਬੰਦਾ ਉੱਟੀ ਜਾਂਦਾ, ਬੜਾ ਜ਼ੋਰਾ ਲੱਗਾ ਮੈਂ ਤੁੰਦਾ। ਕੀ ਕਰਨਾ ਜੀ, ਲੈ ਜਾਓ ਫਿਰ।
लाओ पी लाओ। प्राजी फी कदू हो गयो? कल मैं उधर कल्पने ही जाना है। खैर वेले आईया मिमी बांटे जाना है। मेरे प्राउ दे घर कुड़ी होई दी उसा की कुर्तू देन जाना। मैं ते बस वेले के परतोई आऊं। जेकर चेर लगी गया तब भलगिए जायो। अच्छा हम चलना मेंटू वाला काम है। मैं तो तौले के सीखी जांग ते फिर ये सब मोए दिया खरवाचा नहीं पन्न तो मेरा नाम भी बंतो नहीं। सारी रात उतरी नींद नहीं पेवी तुहाड़े पासे के ख्याल रहा मेरा सच मुच क्योंकि मेरी इस गल मिगी पूरी रात नींद नहीं आई है। आज झुंड बड़ा लम्मा कड्ढे दा की गल है? गल कख नी ए जदू रस्ते च मैं परतवा दी ना ते मिगी भलतो लभी गई। आखन लगे ए अज झुंड नी खोलना भी कुसा बखले मारू गी मुंह नी दसना भी नहीं ते सब पारू गए। गल अज बाज बड़ी किश भारी भारी लगा रही है और नया के खाई है ये प्योका है पकवान भाभी ने बड़ो बड़ी पांच सत खमीरे खिलाई उन्हें स्वाद दे स्वाद दे हाथ न लाओ भी के गल अज तेरा घर आला लबा नहीं है कुदै गिर आया मुआ पड़ने फुटिए जंदा ही ते राती दाफी आनी पड़दे एक की करा दियो आ ठन ना लाओ भी हम तुम भी अगर तुसे गल मननी है ता घराटे नहीं आंदे ते झुंड खोलो। आऊं आखिया ना अज भी खोलना झुंड कल खोली उड़न झुंड ते तुसी खोलना गै पौना झुंड नहीं खोलना भी इन्ना गै सखाओ घराटे आके खरा खरा ए कच्चे शुरू हां की नहीं अज के गल बड़ा जोर आई है जवाना
साड़े होंगे साड़ी लाड़ी की कोई कराटे सिखा।